ਜਲੰਧਰ ਤੋਂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਚੋਰਾਂ ਨੇ ਸਰਕਾਰੀ ਇਮਾਰਤ ਨੂੰ ਨਿਸ਼ਾਨਾ ਬਣਾਇਆ। ਦੱਸ ਦਈਏ ਕਿ ਸੁਵਿਧਾ ਸੈਂਟਰਾਂ ਦੇ ਵਿੱਚ ਚੋਰਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਅਤੇ 7 ਤੋਂ 8 ਸੁਵਿਧਾ ਸੈਂਟਰਾਂ ਦੇ ਵਿੱਚ ਚੋਰੀ ਕੀਤੀ ਗਈ ਹੈ। ਇੱਥੇ ਇਹ ਵੀ ਦੱਸ ਦਈਏ ਕਿ ਸੁਵਿਧਾ ਸੈਂਟਰਾਂ ਦੇ ਵਿੱਚ ਚੋਰਾਂ ਨੇ 5 ਕੰਪਿਊਟਰ, 6 ਪ੍ਰਿੰਟਰ, 17 ਬੈਟਰੀਆਂ, DVR, LED, ਵਾਟਰ ਮੋਟਰ ਤੋਂ ਇਲਾਵਾ ਹੋਰ ਵੀ ਸਮਾਨ ਚੁੱਕ ਫਰਾਰ ਹੋ ਗਏ ਨੇ। ਘਟਨਾ ਰਾਮਾ ਮੰਡੀ ਸਮੇਤ ਜੰਡੂ ਸਿੰਘਾ, ਲੰਬਾ ਪਿੰਡ ਚੌਂਕ, ਲਾਂਬੜਾ ਸਹਿਤ ਹੋਰਨਾਂ ਸੁਵਿਧਾ ਸੈਂਟਰਾਂ ਦੀ ਹੈ। ਇੱਥੇ ਵੀ ਦੱਸ ਦਈਏ ਕਿ ਲਗਾਤਾਰ ਹੋ ਰਹੀਆਂ ਘਟਨਾਵਾਂ ਦੇ ਚੱਲਦਿਆਂ ਜਿੱਥੇ ਪੁਲਿਸ ਵੱਲੋਂ ਸਖ਼ਤ ਐਕਸ਼ਨ ਦੀ ਗੱਲ ਕਹੀ ਜਾ ਰਹੀ ਹੈ, ਤਾਂ ਉੱਥੇ ਹੀ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਇਸ ਸੰਬੰਧੀ ਮੀਟਿੰਗ ਕਰ ਸ਼ਹਿਰ ਦੇ 4 ਜ਼ੋਨਾਂ ਦੇ ਵਿੱਚ ਪੁਲਿਸ ਦੀਆਂ ਟੀਮਾਂ ਨੂੰ ਵੰਡਿਆ ਅਤੇ ਕਿਹਾ ਕਿ ਜਲਦ ਹੀ ਇਹਨਾਂ ਚੋਰਾਂ ਨੂੰ ਕਾਬੂ ਕੀਤਾ ਜਾਵੇਗਾ। ਹਾਲਾਂਕਿ ਇਸ ਦੀ CCTV ਵੀ ਖੰਗਾਲੀ ਜਾ ਰਹੀ ਹੈ। ਕੀ ਨਾਮ ਤੁਹਾਡਾ? ਨਾਮ ਸਰ ਮਨਪ੍ਰੀਤ। ਕੀ ਗੱਲ ਹੋਈ ਸੁਵਿਧਾ ਸੈਂਟਰ ਦੇ ਵਿੱਚ? ਸਰ ਰਾਤੀ ਚੋਰੀ ਹੋ ਗਈ। ਕੀ ਕੀ ਸਮਾਨ ਲੈ ਗਏ ਚੋਰ? ਸਰ 5 ਮੋਨੀਟਰ, 6 ਪ੍ਰਿੰਟਰ ਅਤੇ 17 ਬੈਟਰੀਆਂ ਅਤੇ ਕੈਲਸੀਡੀ। ਤੁਹਾਨੂੰ ਕਿੱਦਾਂ ਪਤਾ ਲੱਗਿਆ? ਸਰ ਸਵੇਰੇ ਆਪਾਂ ਨੂੰ ਫੋਨ ਆਇਆ ਸੀ ਮੁਹੱਲੇ ਦਾ, ਹਾਂਜੀ, ਕਿ ਤੁਹਾਡੇ ਸੈਂਟਰ ਚੋਰੀ ਹੋ ਗਈ। ਹਾਂਜੀ, ਸਵੇਰੇ ਆਪਾਂ ਆਏ ਹਾਂ ਅਤੇ ਸਾਨੂੰ ਤਾਲੇ ਕੁਝ ਟੁੱਟੇ ਮਿਲੇ ਅਤੇ ਦਰਵਾਜ਼ੇ ਖੁੱਲ੍ਹੇ ਮਿਲੇ। ਠੀਕ ਹੈ ਜੀ। ਕਿੰਨੇ ਵਜੇ ਦਾ ਵਾਕਿਆ? ਪਤਾ ਨਹੀਂ, ਰਾਤ ਦਾ ਟਾਈਮ ਆ, ਕੁਛ ਸਾਨੂੰ ਪਤਾ ਨਹੀਂ ਹੈਗਾ। ਸਰ ਸਵੇਰੇ ਫੋਨ ਆਇਆ। ਕੋਈ CCTV ਵਗੈਰਾ ਤਾਂ ਲੱਗੇ? CCTV ਅੰਦਰ ਲੱਗੇ ਹੋਏ, ਬਾਹਰ ਤਾਂ ਹੈ ਨਹੀਂ ਗਾ, ਮੁਹੱਲੇ ਦੇ ਵਿੱਚ। ਠੀਕ ਹੈ ਜੀ।